ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਨਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇੱਕ ਗੁਰਸਿੱਖ ਦੇ ਸਪੁੱਤਰ ਨੂੰ ਥੋੜ੍ਹੇ ਸਮੇਂ ਲਈ ਸਵਾਸ ਦਿੱਤੇ ਜਾਣ ਦੀ ਇੱਕ ਸੱਚੀ ਅਤੇ ਅਨੋਖੀ ਘਟਨਾ ਬਾਰੇ ਗੱਲ ਕਰਾਂਗੇ। ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ 'ਚ। ਇੱਕ ਸਿੰਘ ਜੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਤੇ ਸੇਵਾ ਕਰਦਾ ਸੀ, ਉਹ ਬਾਜਾਂ ਵਾਲੇ ਕੋਲ ਚੋਰ ਸਾਹਿਬ ਦੀ ਸੇਵਾ ਕਰਦਾ ਸੀ। ਉਸ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ। ਉਸ ਦੇ ਵਿਆਹ ਨੂੰ ਕਾਫੀ ਚਿਰ ਹੋ ਗਿਆ ਸੀ। ਉਸ ਸਿੰਘ ਦੀ ਘਰਵਾਲੀ ਉਸ ਨੂੰ ਕਹਿੰਦੀ, ਜੀ ਤੁਸੀਂ ਗੁਰੂ ਸਾਹਿਬ ਦੇ ਇੰਨੇ ਨੇੜੇ ਹੋ, ਤੁਸੀਂ ਉਹਨਾਂ ਕੋਲ ਪੁੱਤਰ ਦੀ ਦਾਤ ਕਿਉਂ ਨਹੀਂ ਮੰਗਦੇ? ਉਹ ਤਾਂ ਸਭ ਕੁਝ ਦੇ ਸਕਦੇ ਹਨ। ਉਹ ਕਹਿੰਦਾ, ਮੈਨੂੰ ਝਿਜਕ ਆਉਂਦੀ ਹੈ ਕਿ ਮੈਂ ਉਹਨਾਂ ਕੋਲੋਂ ਦੁਨਿਆਵੀ ਚੀਜ਼ ਮੰਗਾਂ, ਮੋਹ ਮਾਇਆ ਵਾਲੀ ਚੀਜ਼ ਮੰਗਾਂ। ਉਹ ਕਹਿੰਦੀ, ਸਰਦਾਰ ਜੀ, ਇਹ ਵੀ ਸੰਸਾਰ ਦੇ ਨਾਲ ਗੰਢ ਪੈਣੀ ਜ਼ਰੂਰੀ ਹੈ। ਮੇਰੀ ਬੇਨਤੀ ਹੈ, ਤੁਸੀਂ ਬਾਜਾਂ ਵਾਲੇ ਕੋਲੋਂ ਪੁੱਤਰ ਦੀ ਦਾਤ ਮੰਗੋ। ਉਹ ਸਿੰਘ ਆਪਣੀ ਘਰਵਾਲੀ ਦੇ ਕਹਿਣ ਤੇ ਬਾਬਾ ਜੀ ਕੋਲ ਗਿਆ। ਜਦੋਂ ਉਹ ਚੋਰ ਸਾਹਿਬ ਦੀ ਸੇਵਾ ਤੋਂ ਵਿਹਲਾ ਹੋਇਆ ਤਾਂ ਸਤਿਗੁਰ ਦੇ ਕੋਲ ਗਿਆ ਅਤੇ ਹੱਥ ਜੋੜ ਕੇ ਖੜ ਗਿਆ। ਬਾਬਾ ਜੀ ਕਹਿੰਦੇ, ਸਿੰਘਾ ਕੀ ਚਾਹੀਦਾ ਹੈ? ਕਹਿੰਦਾ, ਪਾਤਸ਼ਾਹ ਜੀ, ਤੁਸੀਂ ਮੈਨੂੰ ਆਪਣੇ ਚਰਨਾਂ ਨਾਲ ਜੋੜਿਆ ਹੈ। ਜੇ ਮੈਨੂੰ ਇੱਕ ਔਲਾਦ ਮਿਲ ਜਾਵੇ, ਸੰਸਾਰ ਨਾਲ ਵੀ ਮੇਰੀ ਗੰਢ ਜੁੜ ਜਾਵੇਗੀ, ਮੈਂ ਸੰਸਾਰ ਨਾਲ ਵੀ ਜੁੜ ਜਾਵਾਂਗਾ। ਇਹ ਸੁਣ ਕੇ ਬਾਬਾ ਜੀ 2 ਮਿੰਟ ਲਈ ਚੁੱਪ ਕਰ ਗਏ ਅਤੇ ਹੱਥ ਹਵਾ 'ਚ ਮਾਰ ਕੇ ਕਹਿੰਦੇ, ਅਜੇ ਨਹੀਂ। ਉਹ ਸਿੰਘ ਕਹਿੰਦਾ, ਜੀ 7 ਬਚਨ। ਇਹ ਕਹਿ ਕੇ ਉਹ ਆਪਣੇ ਘਰ ਗਿਆ। ਥੋੜ੍ਹਾ ਸਮਾਂ ਲੰਘਿਆ, ਉਸ ਸਿੰਘਣੀ ਨੇ ਫਿਰ ਬੇਨਤੀ ਕੀਤੀ ਕਿ ਜਾਓ ਬਾਬਾ ਜੀ ਕੋਲੋਂ ਇੱਕ ਪੁੱਤ ਦੀ ਦਾਤ ਮੰਗੋ। ਉਹ ਸਿੰਘ ਕਹਿੰਦਾ, ਭਾਗਵਾਨੇ, ਮੈਂ ਇੱਕ ਵਾਰੀ ਬਾਬਾ ਜੀ ਕੋਲ ਬੇਨਤੀ ਕੀਤੀ ਹੈ। ਉਹ ਕਹਿੰਦੇ ਹਨ ਕਿ ਅਜੇ ਨਹੀਂ, ਜਦੋਂ ਮੌਜ ਬਣੇਗੀ ਦੇ ਦੇਣਗੇ, ਐਵੇਂ ਜਿੱਦ ਕਿਉਂ ਕਰਨੀ? ਉਹ ਫੇਰ ਕਹਿੰਦੀ, ਮੈਂ ਆਪਣੀ ਗੋਦੀ ਵਿੱਚ ਬਾਲ ਖੇਡਦਾ ਵੇਖਣਾ ਚਾਹੁੰਦੀ ਹਾਂ। ਉਹ ਸਿੰਘ ਫੇਰ ਗਿਆ ਬਾਬਾ ਜੀ ਕੋਲ। ਜਦੋਂ ਚੌਰ ਸਾਹਿਬ ਦੀ ਸੇਵਾ ਤੋਂ ਵਿਹਲਾ ਹੋਇਆ ਤਾਂ ਹੱਥ ਬੰਨ੍ਹ ਕੇ ਬਾਬਾ ਜੀ ਦੇ ਸਾਹਮਣੇ ਖਲੋ ਗਿਆ। ਮਹਾਰਾਜ ਕਹਿੰਦੇ, ਦੱਸੋ। ਉਹ ਕਹਿੰਦਾ, ਬਾਬਾ ਜੀ ਕਿਰਪਾ ਕਰ ਦਿਓ, ਘਰ ਔਲਾਦ ਨਹੀਂ ਹੈ, ਬਖਸ਼ਿਸ਼ ਕਰ ਦਿਓ। ਬਾਬਾ ਜੀ ਨੇ ਫਿਰ ਹੱਥ ਹਵਾ 'ਚ ਮਾਰ ਕੇ ਕਹਿੰਦੇ, ਅਜੇ ਨਹੀਂ। ਚੁੱਪ ਕਰਕੇ ਉਹ ਘਰ ਆ ਗਿਆ ਅਤੇ ਕਹਿੰਦਾ, ਤੈਨੂੰ ਕਿਹਾ ਸੀ ਜਦੋਂ ਬਾਬਾ ਜੀ ਦੀ ਮੌਜ ਹੋਵੇਗੀ ਆਪੇ ਬਖਸ਼ਿਸ਼ ਕਰ ਦੇਣਗੇ। ਉਸ ਸਿੰਘਣੀ ਕੋਲ ਬੜੀਆਂ ਬੀਬੀਆਂ ਆਈਆਂ ਅਤੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਤੇਰਾ ਸਿੰਘ ਬਾਜਾਂ ਵਾਲੇ ਦੇ ਦਰਬਾਰ 'ਤੇ ਇੰਨੇ ਸਮੇਂ ਦੀ ਸੇਵਾ ਕਰ ਰਿਹਾ ਹੈ। ਕਿਹਾ ਜਾਂਦਾ ਹੈ ਕਿ ਉਹ ਪੂਰੇ ਨੇ, ਸਭ ਕੁਝ ਦੇ ਸਕਦੇ ਹਨ। ਜੋ ਕਰਮਾਂ 'ਚ ਨਹੀਂ ਉਹ ਵੀ ਦੇ ਸਕਦੇ ਹਨ। ਹੁਣ ਜੇ ਤੇਰੇ ਕਰਮਾਂ 'ਚ ਔਲਾਦ ਨਹੀਂ ਹੈ, ਕਿਉਂ ਨਹੀਂ ਦਿੰਦੇ ਉਹ ਤੈਨੂੰ ਔਲਾਦ? ਇੰਨੀਆਂ ਗੱਲਾਂ ਕਰ ਕਰਕੇ ਉਹਨਾਂ ਬੀਬੀਆਂ ਨੇ ਉਸ ਸਿੰਘਣੀ ਦੇ ਮਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਸ਼ੰਕਾ ਪੈਦਾ ਕਰ ਦਿੱਤੀ। ਉਹਨਾਂ ਬੀਬੀਆਂ ਨੇ ਕਿਹਾ, ਫਲਾਣੀ ਜਗ੍ਹਾ 'ਤੇ ਦੀਵੇ ਬਾਲ, ਫਲਾਣੇ ਸਿਆਣੇ ਕੋਲ ਜਾ, ਮੁਰਾਦਾਂ ਮੰਗ। ਪਰ ਉਹ ਬੀਬੀ ਕਹਿੰਦੀ, ਸਾਨੂੰ ਇਹ ਸਭ ਕਰਨ ਦਾ ਹੁਕਮ ਨਹੀਂ ਹੈ। ਪਰ ਉਸ ਦੇ ਮਨ ਵਿੱਚ ਇੱਕ ਤੜੇੜ ਜਿਹੀ ਪੈ ਗਈ ਸੀ ਅਤੇ ਇੱਕ ਦਿਨ ਫਿਰ ਆਪਣੇ ਪਤੀ ਨੂੰ ਕਹਿੰਦੀ, ਜਾਓ ਇੱਕ ਵਾਰ ਫਿਰ ਪੁੱਛ ਕੇ ਆਓ ਕਲਗੀਧਰ ਮਹਾਰਾਜ ਨੂੰ। ਉਹ ਸਿੰਘ ਕਹਿੰਦਾ, ਭਾਗਵਾਨ, ਤੈਨੂੰ ਕਿੰਨੀ ਵਾਰ ਕਿਹਾ ਹੈ, ਜਦੋਂ ਮਹਾਰਾਜ ਦਿਆਲਤਾ ਦੇ ਘਰ ਵਿੱਚ ਆਉਣਗੇ ਆਪੇ ਕਿਰਪਾ ਕਰ ਦੇਣਗੇ। ਉਹ ਕਹਿੰਦੀ, ਨਹੀਂ ਦੇਣਗੇ, ਉਹ ਨਹੀਂ ਦੇ ਸਕਦੇ। ਜੇ ਦੇ ਸਕਦੇ ਹੁੰਦੇ ਤਾਂ ਹੁਣ ਤੱਕ ਦੇ ਦਿੰਦੇ। ਤੁਸੀਂ ਉਹਨਾਂ ਦੇ ਇੰਨੀ ਨੇੜੇ ਸੇਵਾ ਕਰਦੇ ਹੋ, ਚੋਰ ਸਾਹਿਬ ਦੀ ਸੇਵਾ ਕਰਦੇ ਹੋ, ਤੁਹਾਨੂੰ ਕਿਉਂ ਨਹੀਂ ਦਿੱਤਾ ਪੁੱਤ ਅਜੇ ਤੱਕ ਉਹਨਾਂ ਨੇ? ਉਸਨੇ ਆਪਣੇ ਘਰ ਵਾਲੇ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਘਰ ਵਾਲੇ ਦੇ ਅੰਦਰ ਵੀ ਬਾਬਾ ਜੀ ਪ੍ਰਤੀ ਸ਼ਰਧਾ ਘਟਣੀ ਸ਼ੁਰੂ ਹੋ ਗਈ। ਵਾਕਿਆ ਹੀ ਮੈਂ ਇੰਨੀ ਸੇਵਾ ਕਰਦਾ ਹਾਂ, ਕਿਉਂ ਨਹੀਂ ਕੀਤੀ ਬਾਬਾ ਜੀ ਨੇ ਕਿਰਪਾ ਹਾਲੇ ਤੱਕ? ਉਹ ਸਿੰਘ ਸੋਚਣ ਲੱਗਾ ਤੇ ਫਿਰ ਉਸਨੇ ਆਪਣੇ ਮਨ ਨੂੰ ਸਮਝਾਇਆ, ਨਹੀਂ, ਉਹ ਪੂਰੇ ਹਨ, ਇਸ ਵਾਰ ਮੰਗਾਂਗਾ ਉਹ ਜ਼ਰੂਰ ਦੇਣਗੇ। ਉਹ ਚੋਰ ਸਾਹਿਬ ਦੀ ਸੇਵਾ ਤੋਂ ਜਦੋਂ ਵਿਹਲਾ ਹੋ ਕੇ ਤੁਰਨ ਲੱਗਾ ਤੇ ਬਾਬਾ ਜੀ ਕੋਲ ਗਿਆ। ਕਹਿੰਦਾ, ਬਾਬਾ ਜੀ ਹੁਣ ਤਾਂ ਬਖਸ਼ਿਸ਼ ਕਰ ਦਿਓ। ਬਾਬਾ ਜੀ ਫਿਰ ਕਹਿੰਦੇ, ਅਜੇ ਨਹੀਂ। ਉਹ ਸਿੰਘ ਕਹਿੰਦਾ, ਜੀ 7 ਬਚਨ। ਉਹ ਆਪਣੇ ਘਰ ਆ ਗਿਆ। ਹੁਣ ਉਸਦਾ ਮਨ ਪੱਕਾ ਹੋ ਗਿਆ ਸੀ ਕਿ ਐਵੇਂ ਕਹਿੰਦੇ ਨੇ ਸਾਰੇ, ਉਹ ਨਹੀਂ ਦੇ ਸਕਦੇ। ਇਸ ਤੋਂ ਬਾਅਦ ਉਹ ਮੜੀਆਂ ਮਸਾਣਾ 'ਚ ਗਏ, ਪੁੱਤਰ ਦੀ ਦਾਤ ਲੈਣ ਦੇ ਲਈ ਦੀਵੇ ਬਾਲੇ, ਜੋ ਕਰਮ ਕਰਨੇ ਸੀ ਕੀਤੇ ਅਤੇ 1 ਸਾਲ ਬਾਅਦ ਉਹਨਾਂ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ, ਉਹਨਾਂ ਘਰ ਪੁੱਤਰ ਨੇ ਜਨਮ ਲਿਆ। ਅਤੇ ਇਹ ਦੇਖ ਕੇ ਆਂਢ ਗੁਆਂਢ ਵਾਲਿਆਂ ਨੇ ਉਹਨਾਂ ਦੇ ਹੋਰ ਕੰਨ ਭਰਨੇ ਸ਼ੁਰੂ ਕਰ ਦਿੱਤੇ। ਕਹਿੰਦੇ, ਦੇਖਿਆ
ਤੇਰੇ ਸਿੰਘ ਨੇ 3 ਵਾਰ ਬਾਬਾ ਜੀ ਕੋਲੋਂ ਦਾਤ ਮੰਗੀ, ਉਹਨਾਂ ਨੇ ਨਹੀਂ ਦਿੱਤੀ। ਇੱਥੇ ਦੇਖਿਆ, 1 ਮਿੰਟ ਵਿੱਚ ਹੀ ਉਸ ਸਿਆਣੇ ਨੇ ਕਿਰਪਾ ਕਰ ਦਿੱਤੀ। ਉਹ ਸਿੰਘ ਅਤੇ ਸਿੰਘਣੀ ਕਹਿੰਦੇ, ਐਵੇਂ ਇੰਨੀ ਸੇਵਾ ਕਰਦੇ ਰਹੇ, ਫਜ਼ੂਲ ਸੇਵਾ ਗਈ ਮੇਰੀ ਤਾਂ। ਉਹ ਬੱਚਾ ਜਿਉਂ ਜਿਉਂ ਵੱਡਾ ਹੋਇਆ ਬਹੁਤ ਜ਼ਿਆਦਾ ਸ਼ਰਾਰਤੀ ਹੁੰਦਾ ਗਿਆ। ਉਹ ਆਪਣੇ ਮਾਤਾ ਪਿਤਾ ਨੂੰ ਬਹੁਤ ਤੰਗ ਕਰਦਾ ਸੀ, ਜਿਵੇਂ ਕੋਈ ਭੂਤ ਹੁੰਦਾ ਹੈ। ਇੰਨਾ ਨੱਕ 'ਚ ਦਮ ਕਰਕੇ ਰੱਖਿਆ ਸੀ। ਕਦੇ ਉਹ ਕਿਸੇ ਨੂੰ ਇੱਟ ਮਾਰ ਦਿੰਦਾ ਸੀ, ਕਦੇ ਕਿਸੇ ਦਾ ਸਿਰ ਪਾੜ ਦਿੰਦਾ ਸੀ। ਹਰ ਰੋਜ਼ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਸਨ। ਜਦੋਂ ਦਾ ਉਹ ਜੰਮਿਆ ਸੀ, ਉਸ ਦੇ ਘਰ ਵਾਲਿਆਂ ਨੇ 1 ਦਿਨ ਵੀ ਸੁੱਖ ਦਾ ਸਾਹ ਨਹੀਂ ਸੀ ਲਿਆ। ਜੋ ਕੁਝ ਵੀ ਉਸ ਸਿੱਖ ਕੋਲ ਸੀ, ਉਸ ਨੇ ਸਾਰਾ ਕੁਝ ਜੂਏ ਵਿੱਚ ਉਜਾੜ ਦਿੱਤਾ, ਉਸ ਨੂੰ ਕੰਗਾਲ ਕਰਕੇ ਰੱਖ ਦਿੱਤਾ ਅਤੇ ਸਾਰੇ ਪਾਸੇ ਉਸ ਦੀ ਬਦਨਾਮੀ ਹੋ ਗਈ। ਜਦੋਂ ਉਹ ਮੁੰਡਾ ਚੜ੍ਹਦੀ ਜਵਾਨੀ 'ਚ ਆਇਆ ਤਾਂ ਉਸ ਦੀ ਮੌਤ ਹੋ ਗਈ। ਉਸ ਦੇ ਘਰ ਵਾਲੇ ਬਹੁਤ ਰੋਏ ਕਿ ਇਹ ਸਾਡੇ ਨਾਲ ਕੀ ਬਣਿਆ। ਮਾਂ ਦੀਆਂ ਆਂਦਰਾਂ ਮੂੰਹ ਨੂੰ ਆ ਗਈਆਂ ਕਿ ਇੱਕੋ ਇੱਕ ਮੁੰਡਾ ਚੜ੍ਹਦੀ ਜਵਾਨੀ 'ਚ ਸਰੀਰ ਛੱਡ ਕੇ ਚਲਾ ਗਿਆ। ਇਲਾਕੇ ਨਿਵਾਸੀਆਂ ਨੇ ਵੀ ਕਿਹਾ ਬਹੁਤ ਮਾੜਾ ਹੋਇਆ। ਉਸ ਸਿੰਘਣੀ ਨੂੰ ਇੱਕਦਮ ਹੋਸ਼ ਆਈ। ਉਹ ਕਹਿੰਦੀ, ਜੋ ਵੀ ਹੋਵੇ, ਕਿਤੇ ਨਾ ਕਿਤੇ ਬਾਜਾਂ ਵਾਲੇ ਪੂਰੇ ਹਨ। ਕਹਿੰਦੀ, ਬੜੀਆਂ ਐਸੀਆਂ ਗੱਲਾਂ ਸੁਣੀਆਂ ਹਨ ਕਿ ਮ੍ਰਿਤਿਕ ਕੋਜੀ ਵਾਲਣ ਹਾਰ, ਸਤਿਗੁਰ ਮੇਰਾ ਮਾਰ ਜਿਵਾਲੇ। ਆਪਣੇ ਸਿੰਘ ਨੂੰ ਕਹਿੰਦੀ, ਚੁੱਕੋ ਮੁੰਡੇ ਨੂੰ ਤੇ ਲੈ ਕੇ ਜਾਓ ਬਾਜਾਂ ਵਾਲੇ ਕੋਲ, ਹੁਣ ਉਹੀ ਇਸ ਨੂੰ ਠੀਕ ਕਰਨਗੇ। ਉਹ ਉਸਨੂੰ ਚੁੱਕ ਕੇ ਬਾਜਾਂ ਵਾਲੇ ਦੇ ਦਰਬਾਰ ਤੇ ਲੈ ਆਏ। ਰੋਣਾ ਪਿੱਟਣਾ ਪਿਆ ਹੋਇਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਿੰਘਾ ਕੀ ਹੋਇਆ, ਇੰਨੇ ਸਾਲਾਂ ਬਾਅਦ ਜਦੋਂ ਦਾ ਤੂੰ ਗਿਆ ਹੈ ਵਾਪਿਸ ਹੀ ਨਹੀਂ ਆਇਆ, ਹੁਣ ਕਿਉਂ ਆਇਆ ਹੈ? ਕਹਿੰਦੇ, ਇਹ ਮੁੰਡਾ ਕੌਣ ਹੈ? ਉਹ ਸਿੰਘ ਕਹਿੰਦਾ, ਜੀ ਫਲਾਨੀ ਥਾਂ ਤੋਂ ਇਹ ਮੁੰਡਾ ਮੈਨੂੰ ਮਿਲਿਆ ਹੈ। ਬਾਬਾ ਜੀ ਕਹਿੰਦੇ, ਫੇਰ? ਕਹਿੰਦਾ, ਜੀ ਚੜ੍ਹਦੀ ਜਵਾਨੀ 'ਚ ਇਹ ਚਲਾ ਗਿਆ। ਤੁਸੀਂ ਕਿਰਪਾ ਕਰੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਬਾਬਾ ਜੀ ਕਹਿੰਦੇ, ਜੋ ਵਿਧੀ ਦਾ ਵਿਧਾਨ ਹੈ, ਜੋ ਅਕਾਲ ਪੁਰਖ ਦੀ ਮੌਜ ਹੈ, ਅਸੀਂ ਉਸ 'ਚ ਖੱਲੜ ਨਹੀਂ ਪਾ ਸਕਦੇ। ਉਹ ਸਿੰਘ ਕਹਿੰਦਾ, ਨਹੀਂ, ਤੁਸੀਂ ਕਿਰਪਾ ਕਰੋ ਇਸ ਉੱਤੇ। ਬਾਬਾ ਜੀ ਕਹਿੰਦੇ, ਇਹ ਲੈਣ ਦੇਣ ਦੇ ਸੰਬੰਧ ਹਨ, ਉਹ ਪੂਰੇ ਹੋ ਗਏ ਹਨ ਅਤੇ ਇਹ ਚਲਾ ਗਿਆ। ਉਹ ਸਮਝਣ ਤੇ ਨਾ ਆਉਣ, ਬਾਬਾ ਜੀ ਕਹਿੰਦੇ, ਠੀਕ ਹੈ, ਹੁਣ ਜਦੋਂ ਇਹ ਉੱਠ ਕੇ ਤੁਹਾਨੂੰ ਸਮਝਾਵੇਗਾ ਫਿਰ ਹੀ ਤੁਸੀਂ ਸਮਝੋਗੇ। ਕਹਿੰਦੇ, ਥੋੜੇ ਚਿਰ ਵਾਸਤੇ ਇਸ ਨੂੰ ਬੁਲਾ ਲੈਂਦੇ ਹਾਂ, ਤੁਹਾਡਾ ਸ਼ੱਕ ਨਿਕਲ ਜਾਵੇਗਾ। ਇਹ ਕੌਣ ਸੀ, ਕਿੱਥੋਂ ਆਇਆ ਸੀ? ਬਾਬਾ ਜੀ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ, ਰੁਮਾਲ ਗਿੱਲਾ ਕਰਕੇ ਲੈ ਕੇ ਆਓ। ਉਹਨਾਂ ਨੇ ਰੁਮਾਲ ਗਿੱਲਾ ਕੀਤਾ ਅਤੇ ਉਸ ਉੱਤੇ ਛਿੱਟੇ ਪਾਏ। ਜਦੋਂ ਉਸਨੂੰ ਬਾਬਾ ਜੀ ਨੇ ਕਿਹਾ, ਜਾਗ ਭਾਈ, ਉਹ ਮੁੰਡਾ ਉੱਠ ਕੇ ਖੜਾ ਹੋ ਗਿਆ। ਜਦੋਂ ਉਹ ਖੜਾ ਹੋਇਆ, ਉਸਦੇ ਮਾਂ ਪਿਓ ਉਸ ਵੱਲ ਭੱਜੇ ਆਏ। ਕਹਿੰਦੇ, ਮੇਰਾ ਪੁੱਤ! ਉਸਨੂੰ ਚੁੰਮਣ ਚੱਟਣ ਲੱਗ ਪਏ। ਉਸਨੇ ਵਗਾ ਕੇ ਉਹਨਾਂ ਨੂੰ ਪਰੇ ਮਾਰਿਆ ਤੇ ਕਹਿੰਦਾ, ਕਿਹੜਾ ਤੁਹਾਡਾ ਪੁੱਤਰ? ਮੈਂ ਕੋਈ ਤੁਹਾਡਾ ਪੁੱਤਰ ਨਹੀਂ ਹਾਂ। ਕਹਿੰਦਾ, ਹਟੋ ਹਟੋ ਪਾਸੇ। ਉਹ ਮਹਾਰਾਜ ਵੱਲ ਦੇਖਣ ਲੱਗੇ ਤੇ ਕਹਿੰਦੇ, ਮਹਾਰਾਜ, ਇਸ ਨੂੰ ਕੀ ਹੋ ਗਿਆ ਹੈ? ਮਹਾਰਾਜ ਕਹਿੰਦੇ, ਅਸੀਂ ਨਹੀਂ ਦੱਸਾਂਗੇ, ਇਹ ਆਪਣੇ ਮੂੰਹ ਆਪ ਦੱਸੇਗਾ। ਕਹਿੰਦੇ, ਦੱਸ ਭਾਈ। ਉਹ ਮੁੰਡਾ ਕਹਿੰਦਾ, ਮੈਂ ਤੁਹਾਡੇ ਕੋਲੋਂ ਹਿਸਾਬ ਪੂਰਾ ਕਰਨ ਆਇਆ ਸੀ, ਬਸ। ਮੈਂ ਕੋਈ ਤੁਹਾਡਾ ਪੁੱਤਰ ਨਹੀਂ ਹਾਂ, ਇਹ ਤਾਂ ਬਸ ਲੈਣ ਦੇਣ ਦੇ ਸੰਬੰਧ ਸੀ, ਮੇਰਾ ਕਰਜ਼ਾ ਸੀ, ਮੈਂ ਲੈ ਕੇ ਤੁਰ ਗਿਆ। ਉਹ ਸਿੰਘ ਕਹਿੰਦਾ, ਕਿਹੜਾ ਕਰਜ਼ਾ? ਉਹ ਮੁੰਡਾ ਕਹਿੰਦਾ, ਚੇਤੇ ਕਰ, ਜਦੋਂ ਬਹੁਤ ਵੱਡੇ ਮਹਾਤਮਾ ਤੁਹਾਡੇ ਘਰ ਆਏ ਸਨ, ਉਸ ਮਹਾਤਮਾ ਨੇ ਖੁੰਡੀ ਫੜੀ ਹੋਈ ਸੀ ਅਤੇ ਉਸ ਖੁੰਡੀ ਦੇ ਥੱਲੇ 1 ਸੋਨੇ ਦੀ ਖੁੰਤੀ ਲੱਗੀ ਹੋਈ ਸੀ। ਤੇਰੀ ਘਰਵਾਲੀ ਦੀ ਨੀਅਤ ਖਰਾਬ ਹੋ ਗਈ ਸੀ ਅਤੇ ਜਿਹੜੀ ਆ ਖੜੀ ਹੈ, ਇਹ ਤੈਨੂੰ ਕਹਿਣ ਲੱਗੀ ਕਿ ਖੁੰਡੀ ਉਤਾਰ ਲਈਏ ਤੇ ਖੁੰਤੀ ਕੱਢ ਲਈਏ। ਤੂੰ ਭਾਵੇਂ ਇਸ ਨੂੰ ਮਨਾ ਕਰਦਾ ਰਿਹਾ, ਪਰ ਇਸ ਦੇ ਕਹਿਣ ਤੇ ਤੂੰ ਇਹ ਅਪਰਾਧ ਕਰ ਦਿੱਤਾ ਅਤੇ ਉਹ ਸੋਨੇ ਦੀ ਖੁੰਤੀ ਤੂੰ ਲਾ ਲਈ ਅਤੇ ਆਪਣੇ ਕੋਲ ਰੱਖ ਲਈ। ਜਦੋਂ ਉਹ ਮਹਾਤਮਾ ਸਵੇਰੇ ਤੁਰਨ ਲੱਗਾ ਸੀ ਤਾਂ ਸੋਨੇ ਦੀ ਖੁੰਤੀ ਗਾਇਬ ਸੀ। ਉਸਨੇ ਤੁਹਾਨੂੰ ਪੁੱਛਿਆ ਸੀ, ਪਰ ਤੁਸੀਂ ਮਨਾ ਕਰ ਦਿੱਤਾ ਸੀ ਕਿ ਸਾਡੇ ਕੋਲ ਨਹੀਂ ਹੈਗੀ। ਉਹ ਮਹਾਤਮਾ ਕਹਿੰਦਾ, ਸੱਚੋ ਸੱਚ ਦੱਸ ਦਿਓ, ਇਹ ਖੁੰਡੀ ਕਿਸੇ ਦੀ ਅਮਾਨਤ ਹੈ ਮੇਰੇ ਕੋਲ। ਕਹਿੰਦਾ ਸੀ ਕਿ ਮੈਂ ਬਦਨਾਮ ਹੋ ਜਾਵਾਂਗਾ, ਮੈਂ ਇਹ ਅਮਾਨਤ ਵਾਪਸ ਕਰਨੀ ਹੈ, ਮੇਰੀ ਇੱਜ਼ਤ ਨੂੰ ਦਾਗ ਲੱਗ ਜਾਵੇਗਾ। ਤੁਸੀਂ ਕਿਹਾ ਸੀ ਕਿ ਤੁਸੀਂ ਸਾਨੂੰ ਚੋਰ ਕਹਿ ਰਹੇ ਹੋ, ਨਾਲੇ ਅਸੀਂ ਤੁਹਾਨੂੰ ਰੱਖਿਆ ਅਤੇ ਨਾਲੇ ਤੁਸੀਂ ਸਾਨੂੰ ਚੋਰ ਠਹਿਰਾ ਰਹੇ ਹੋ, ਅਤੇ ਤੁਸੀਂ ਉਸਦਾ ਹੋਰ ਅਪਮਾਨ ਕਰਕੇ ਉਸਨੂੰ ਭੇਜ ਦਿੱਤਾ ਸੀ। ਅਤੇ ਜਾਂਦਿਆਂ ਜਾਂਦਿਆਂ ਉਸ ਮਹਾਤਮਾ ਨੇ ਤੁਹਾਨੂੰ ਕੀ ਕਿਹਾ ਸੀ? ਉਸਨੇ ਕਿਹਾ ਸੀ ਕਿ ਸੂਦ ਸਮੇਤ ਵਸੂਲ ਕਰਾਂਗਾ। ਕਹਿੰਦਾ, ਯਾਦ ਆਇਆ ਹੀ? ਕਹਿੰਦਾ, ਹਾਂ ਯਾਦ ਹੈ। ਉਹ ਕਹਿੰਦਾ, ਉਹ ਮਹਾਤਮਾ ਮੈਂ ਹੀ ਹਾਂ। ਉਹ ਕਹਿੰਦਾ, ਮੈਂ ਤਾਂ ਬੜੀ ਦੇਰ ਪਹਿਲਾਂ ਆਉਣਾ ਸੀ। ਕਹਿੰਦਾ, ਜਦੋਂ ਤੂੰ ਆਪਣੀ ਘਰਵਾਲੀ ਦੇ ਕਹਿਣ ਤੇ 3 ਵਾਰ ਬਾਜਾਂ ਵਾਲੇ ਕੋਲ ਆਇਆ ਸੀ, ਉਦੋਂ ਮੈਂ ਖੁਸ਼ ਹੋ ਗਿਆ ਸੀ ਕਿ
ਬਾਜਾਂ ਵਾਲੇ ਨੇ ਕਹਿਣਾ ਹੈ ਕਿ ਠੀਕ ਹੈ, ਕਿਰਪਾ ਹੋ ਜਾਵੇਗੀ, ਬਸ ਇੰਨਾ ਹੀ ਕਹਿਣਾ ਹੈ ਤੇ ਮੈਨੂੰ ਰਾਹ ਮਿਲ ਜਾਣਾ ਹੈ ਅਤੇ ਮੈਂ ਤੇਰੇ ਘਰ ਵਾਲੀ ਦੀ ਗਰਭ 'ਚ ਆ ਜਾਣਾ ਹੈ। ਪਰ ਜਦੋਂ ਤੂੰ ਪੁੱਤਰ ਮੰਗਿਆ ਸੀ, ਮਹਾਰਾਜ ਨੇ ਹਵਾ 'ਚ ਹੱਥ ਮਾਰਿਆ ਸੀ ਕਿ ਅਜੇ ਨਹੀਂ। ਕਹਿੰਦਾ ਉਹ ਹਵਾ 'ਚ ਹੱਥ ਨਹੀਂ ਸੀ ਮਾਰਿਆ, ਮੇਰੇ ਮੂੰਹ ਤੇ ਚਪੇੜ ਮਾਰੀ ਸੀ ਕਿ ਹੱਟ ਪਾਸਿਓ, ਅਜੇ ਤੈਨੂੰ ਨਹੀਂ ਭੇਜਣਾ, ਇਹ ਤਾਂ ਮੇਰਾ ਸਿੰਘ ਹੈ, ਇੱਥੇ ਨੇਕ ਰੂਹ ਭੇਜਣੀ ਹੈ। ਕਹਿੰਦਾ ਮੈਨੂੰ 3 ਵਾਰ ਬਾਬਾ ਜੀ ਕੋਲ ਕੁੱਟ ਖਾਣੀ ਪਈ। ਕਹਿੰਦਾ ਜਦੋਂ ਤੂੰ ਦੂਜੇ ਦਰ ਤੇ ਚਲਾ ਗਿਆ, ਮੜੀਆਂ ਤੇ ਮਸਾਣਾ ਤੇ ਗਿਆ, ਉਦੋਂ ਮੈਨੂੰ ਮੋਜ ਲੱਗ ਗਈ। ਕਹਿੰਦਾ ਫਿਰ ਕੀ ਸੀ, ਮਿੰਟ 'ਚ ਮੇਰਾ ਕੰਮ ਹੋ ਜਾਣਾ ਸੀ, ਤੂੰ ਉੱਥੇ ਗਿਆ, ਉਸ ਸਿਆਣੇ ਨੇ ਕਿਹਾ ਕਿਰਪਾ ਹੋ ਜਾਊ, ਮੈਂ ਉਸੇ ਵੇਲੇ ਤੇਰੀ ਪਤਨੀ ਦੇ ਗਰਭ 'ਚ ਆ ਗਿਆ। ਮੇਰਾ ਜਿੰਨਾ ਹਿਸਾਬ ਸੀ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਵਸੂਲ ਕਰ ਲਿਆ ਹੈ। ਤੁਸੀਂ ਮੈਨੂੰ ਪੁੱਤ ਪੁੱਤ ਕਹਿੰਦੇ ਰਹੇ ਤੇ ਮੈਂ ਤੁਹਾਨੂੰ ਕਲਪਾਉਂਦਾ ਰਿਹਾ। ਮੈਂ ਤੁਹਾਨੂੰ ਤੁਹਾਡੀਆਂ ਆਂਦਰਾਂ ਰਵਾਉਂਦਾ ਸੀ ਕਿਉਂਕਿ ਤੁਸੀਂ ਮੈਨੂੰ ਆਂਦਰਾਂ ਤੋਂ ਰਵਾਇਆ ਸੀ। ਤੁਸੀਂ ਮੇਰੇ ਚੋਲੇ ਤੇ ਦਾਗ ਲਵਾ ਦਿੱਤਾ ਸੀ, ਮੈਂ ਇੱਕ ਸਾਧੂ ਸੀ। ਕਹਿੰਦਾ ਮੇਰੀਆਂ ਆਂਦਰਾਂ ਰੋ ਪਈਆਂ ਸਨ, ਹੁਣ ਵੇਖਿਆ ਬਚਪਨ ਤੋਂ ਹੁਣ ਤੱਕ ਮੈਂ ਤੁਹਾਡੀਆਂ ਆਂਦਰਾਂ ਰਵਾਈਆਂ ਹਨ, ਹੁਣ ਮੇਰਾ ਹਿਸਾਬ ਪੂਰਾ ਹੋ ਗਿਆ। ਕਹਿੰਦਾ ਮੈਂ ਤਾਂ ਆਉਣਾ ਹੀ ਨਹੀਂ ਸੀ ਦੁਬਾਰਾ, ਇਹ ਤਾਂ ਮੈਨੂੰ ਬਾਜਾਂ ਵਾਲੇ ਨੇ ਸੱਦਿਆ ਸੀ, ਇਸ ਲਈ ਮੈਨੂੰ ਆਉਣਾ ਪਿਆ, ਨਹੀਂ ਤਾਂ ਮੈਂ ਤੁਹਾਡੇ ਕੋਲ ਕਦੀ ਵੀ ਨਹੀਂ ਆਉਣਾ ਸੀ, ਮੈਂ ਤਾਂ ਤੁਹਾਡੇ ਵਰਗਿਆਂ ਦਾ ਮੂੰਹ ਦੁਬਾਰਾ ਵੇਖਣਾ ਹੀ ਨਹੀਂ ਚਾਹੁੰਦਾ ਸੀ। ਇਹ ਕਹਿ ਕੇ ਉਹ ਸਰੀਰ ਛੱਡ ਗਿਆ ਅਤੇ ਚਲਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।